ਾਰੇ ਬੱਚੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਵਿਜੇ ਗੁਪਤਾ ਐਸਐਸ ਮਾਸਟਰ ਗਵਰਨਮੈਂਟ ਸਿਨਿਸਕੈਂਡੀ ਸਕੂਲ ਅਰਨੀਵਲਾ ਸੇਕਸਬਾਨ ਡਿਸਟ੍ਰਿਕਟ ਫਾਜ਼ਿਲਕਾ ਤੋਂ ਆਪ ਜੀ ਨੂੰ ਸਿੱਖ ਮਿਸਲਾਂ ਦੀ ਜਾਣਕਾਰੀ ਦੇਣ ਜਾ ਰਿਹਾ ਹਾਂ ਅ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਇਹ ਟੋਟਲ 12 ਮਿਸਲਾਂ ਨੇ ਜਿਹਦੇ ਵਿੱਚ ਜੋ ਪਹਿਲੀ ਮਿਸਲ ਹੈ ਆ ਆਪ ਜੀ ਦੇ ਸਾਹਮਣੇ फैजलपुरी मिसल दूसरे नंबर पंगी मिसल फिर आलू वालिया मिसल फिर रामगढ़िया मिसल उस बादकरचिया मिसल कन्हैया मिसल फुलकिया मिसल वालिया मिसल नकई मिसल करोड़ सिंगिया मिसल निशान वालिया मिसल ਅਤੇ ਸ਼ਹੀਦ ਮਿਸਲ ਤਾਂ ਆਓ ਆਪਾਂ ਇੱਕ ਇੱਕ ਮਿਸਲ ਦੀ ਜਾਣਕਾਰੀ حاصل ਕਰਦੇ ਹਾਂ ਇਹ ਪੁਰਾਣੇ ਪੰਜਾਬ ਦਾ ਮੈਪ ਜਿਹਦੇ ਵਿੱਚ ਵੱਖ-ਵੱਖ ਮਿਸਲਾਂ ਦਾ ਖੇਤਰ ਦਿਖਾਇਆ ਗਿਆ ਹੈ ਤੇ ਆਪਾਂ ਇੱਕ ਇੱਕ ਮਿਸਲ ਬਾਰੇ ਬਟਾ ਚੱਲਦੇ ਹਾਂ ਸਭ ਤੋਂ ਪਹਿਲੇ ਹੈ ਫੈਜ਼ਲਪੁਰੀਆ ਮਿਸਲ ਫੈਜ਼ਲਪੁਰੀਆ ਮਿਸਲ ਦੇ ਵਿੱਚ ਇਹਦਾ ਇਤਿਹਾਸ ਇਸ ਮਿਸਲ ਦਾ ਮੋਢੀ ਨਵਾਬ ਕਪੂਰ ਸਿੰਘ ਸੀ ਕੌਣ ਹਾਂਜੀ ਇਸ ਮਿਸਲ ਦਾ ਮੋਢੀ ਨਵਾਬ ਕਪੂਰ ਸਿੰਘ ਸੀ ਇਹਨਾਂ ਦੇ ਪਿਤਾ ਚੌਧਰੀ ਦਲੀਪ ਸਿੰਘ ਗਿਰਕ ਅੰਮ੍ਰਿਤਸਰ ਦੇ ਨੇੜੇ ਫੈਦਲਪੁਰ ਦੇ ਵਿੱਚ ਰਹਿੰਦੇ ਸਨ ਪਿੰਡ ਦੇ ਵਿੱਚ ਤਾਂ ਇਸ ਕਰਕੇ ਇਸ ਨੂੰ ਫੈਦਲਪੁਰੀਆ ਮਿਸਲ ਕਿਹਾ ਜਾਣ ਲੱਗਾ ਇਸ ਨੂੰ ਇੱਕ ਹੋਰ ਨਾਮ ਹੀ ਦਿੱਤਾ ਗਿਆ ਹੈ ਇਸ ਨੂੰ ਬੇਟਾ ਸਿੰਘਪੂਰੀਆ ਮਿਸਲ ਵੀ ਕਿਹਾ ਜਾਂਦਾ ਹੈ ਔਰ ਐਸੀ ਮਿਸਲ ਅਦੀਨ ਜਲੰਧਰ ਪਟੀ ਨੂਰਪੁਰ ਅਤੇ ਬਹਿਰਾਮਪੁਰ ਆਦਿ ਦੇ ਪ੍ਰਦੇਸ਼ ਸ਼ਾਮਲ ਸਨ ਤਾਂ ਇਹ ਜੋ ਆਪ ਤਸਵੀਰ ਦੇਖ ਰਹੇ ਹੋ ਇਹ ਫੈਜ਼ਲਪੂਰੀਆ ਮਿਸਲ ਦੇ ਮੋਢੀ ਨਵਾਬ ਕਪੂਰ ਸਿੰਘ ਜੀ ਦੀ ਹੈ ਹਾਂਜੀ ਹੁਣ ਮੈਂ ਆਪ ਜੀ ਨੂੰ ਜਾਣਕਾਰੀ ਦੇਣ ਜਾ ਰਿਹਾ ਹਾਂ ਪੰਗੀ ਮਿਸਲ ਤਾਂ ਸਰਦਾਰ ਹਰੀ ਸਿੰਘ इस मिसल दे असली मोडी ने और इन्ह का नाम पंगी मिसल इस करके पिया क्योंकि इस मिसल पंग पीन दी आदत सी सीता इस करके एना नाम पंगी मिसल पै गया और इस मिसल दे विच लगभग बारह हज़ार कोड सुवर सन और इस मिसल दे अधीन जड़े खेत्र ने लाहौर अमृतसर गुजरात सियालकोट आदि दे प्रदेश शामिल ने ਔਰ ਇਹ ਜੋ ਆਪ ਬਿਟਾ ਤਸਵੀਰ ਦੇਖ ਰਹੇ ਹੋ ਇਹ ਪੰਗੀ ਮਿਸਲ ਦੇ ਜਿਹੜੇ ਅਸਲ ਮੋਢੀ ਨੇ ਸਰਦਾਰ ਹਰੀ ਸਿੰਘ ਜੀ ਤਾਂ ਇਹ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਪੰਗ ਪੀਣ ਦੀ ਆਦਤ ਕਾਰਨ ਇਸ ਮਿਸਲ ਦਾ ਨਾਮ ਪੰਗੀ ਮਿਸਲ ਪਿਆ ਤੀਸਰੀ ਮਿਸਲ ਆਹਲੂਆਲੀਆ ਮਿਸਲ ਆਹਲੂਆਲੀਆ ਮਿਸਲ ਦੇ ਵਿੱਚ ਇਹਨਾਂ ਦੀ ਜਿਹੜੀ ਸਥਾਪਨਾ ਹੋਈ ਹੈ ਇਸ ਮਿਸਲ ਦੀ ਉਹ ਕੀਤੀ ਸਰਦਾਰ ਜੱਸਾ ਸਿੰਘ ਆਹਲੂਆਲੀਆ ਨੇ ਔਰ 1783 ਸੀ ਵਿੱਚ ਇਹਨਾਂ ਦੀ ਮੌਤ ਤੋਂ ਬਾਅਦ ਭਾਗ ਸਿੰਘ ਅਤੇ ਫਤਿਹ ਸਿੰਘ ਆਲੂਵਾਲੀਆ ਨੇ ਇਸ ਮਿਸਲ ਦੀ ਅਗਵਾਈ ਕੀਤੀ। ਔਰ ਇੱਕ ਬੇਟਾ ਆਪ ਜੀ ਨੂੰ ਮੈਂ ਦੱਸ ਦਿਆਂ ਕਿ ਜਿਹੜੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਉਹ ਬਾਕੀ ਸਾਰੇ ਮਿਸਲਾਂ ਦੇ ਸੁਪਰੀਮ ਕਮਾਂਡਰ ਵਜੋਂ ਵੀ ਜਾਣੇ ਜਾਂਦੇ ਹਨ। ਇਹ ਆਪ ਜੀ ਨੂੰ ਇਮਤਿਹਾਨ ਦੇ ਵਿੱਚ ਕੁਐਸਚਨ ਪੁੱਛ ਲੈਂਦੇ ਨੇ ਕਿ ਸਾਰੀਆਂ ਮਿਸਲਾਂ ਦੇ ਸੁਪਰੀਮ ਕਮਾਂਡਰ ਕੌਣ ਨੇ ਤਾਂ ਉਹ ਬਟਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਉਹ ਜੇ ਆਪ ਜੋ ਪਿਕਚਰ ਦੇਖ ਰਹੇ ਹੋ ਇਹ ਉਹਨਾਂ ਦੀ ਹੈ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੋ ਸਾਰੀਆਂ ਮਿਸਲਾਂ ਦੇ ਸੁਪਰੀਮ ਕਮਾਂਡਰ ਨੇ ਰਾਮਗੜੀਏ ਮਿਸਲ ਦੀ ਗੱਲ ਕਰੀਏ ਤਾਂ ਖੁਸ਼ ਹਾਲ ਸਿੰਘ ਨੂੰ ਇਸ ਮਿਸਲ ਦਾ ਮੋਢੀ ਮੰਨਿਆ ਜਾਂਦਾ ਹੈ ਪਰ ਇਸ ਮਿਸਲ ਦਾ ਸਭ ਤੋਂ ਪ੍ਰਸਿੱਧ ਆਗੂ ਦੇਰੇ ਸੰ ਉਹ ਸੰ ਸਰਦਾਰ ਜੱਸਾ ਸਿੰਘ ਰਾਮਗੜੀਆ ਔਰ ਸ੍ਰੀ ਹਰਗੋਬਿੰਦਪੁਰ ਇਨ ਆਦੀ ਰਾਇਤ ਆਨੀ ਸੀ ਗੁਰਦਾਸਪੁਰ ਦੇ ਨੇੜੇ ਐਂਡ ਰਾਮਗੜ੍ਹ ਦੇ ਨੇੜੇ ਇੱਕ ਵੱਡੀ ਲੜਾਈ ਜਿੱਤਣ ਕਾਰਨ ਇਸ ਦਾ ਨਾਮ ਬੇਟਾ ਰਾਮਗੜੀਆ ਮਿਸਲ ਪੈ ਗਿਆ। ਇਸ ਮਿਸਲ ਅਦੀਨ ਬਾਰੀ ਦਵਾਬ ਅਤੇ ਦਿਲੰਦਰ ਦਵਾਬ ਦੇ ਕੁਝ ਪ੍ਰਦੇਸ਼ ਸ਼ਾਮਿਲ ਸਨ। ਔਰ ਇਹ ਤੁਸੀਂ ਜੋ ਦੇਖ ਰਹੇ ਹੋ ਰਾਮਗੜੀਆ ਮਿਸਲ ਦੇ ਸਭ ਤੋਂ ਪ੍ਰਸਿੱਧ ਆਗੂ ਸਰਦਾਰ ਜੱਸਾ ਸਿੰਘ ਰਾਮਗੜੀਆ ਹਾਂ ਜੇਕਰ ਆਪਾਂ ਗੱਲ ਕਰੀਏ ਸ਼ੁਕਰਚੱਕਿਆ ਮਿਸਲ ਤਾਂ ਅਨਾਦਰ ਨਾਮ ਤੁਸੀਂ ਅਕਸਰ ਸੁਣਿਆ ਹੋਏਗਾ। ਆ ਇਸ ਮਿਸਲ ਦੇ ਮੋਢੀ ਸਰਦਾਰ ਚੜਤ ਸਿੰਘ ਜੀ। ਹੋਰ ਗੁਜਰਾਵਾਲਾ ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਉਹਦੇ ਨੇੜੇ ਸ਼ੁਕਰਚੱਕ ਪਿੰਡ ਦੇ ਵਿੱਚ ਰਹਿੰਦੇ ਹੋਣ ਕਾਰਨ ਇਸ ਦਾ ਨਾਮ ਸ਼ੁਕਰਚੱਕਿਆ ਮਿਸਲ ਪਿਆ। ਔਰ ਆਪਾਂ ਸਾਰੇ ਜਾਣਦੇ ਹਾਂ ਕਿ ਆਪਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਐਸੀ ਹੀ ਮਿਸਲ ਦੇ ਵਿੱਚੋਂ ਸਨ ਸਰਦਾਰ ਚੜਤ ਸਿੰਘ ਜੀ ਦੇ ਸਪੁੱਤਰ ਸਨ ਔਰ ਐਸੀ ਮਿਸਲ ਅਦੀਨ ਐਮਨਾਬਾਦ ਗੁਜਰਾਵਾਲਾ ਸਿਆਲਕੋਟ ਵਜ਼ੀਰਾਬਾਦ ਚਕੋਲ ਜਲਾਲਪੁਰ ਅਤੇ ਰਸੂਲਪੁਰ ਆਦਿ ਦੇ ਪ੍ਰਦੇਸ਼ ਸ਼ਾਮਿਲ ਸਨ ਔਰ ਅੱਜੋ ਤੁਸੀਂ ਦੇਖ ਰਹੇ ਹੋ ਆਪਣੇ ਸਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ 1799 ਇਸਵੀ ਦੇ ਵਿੱਚ ਲਾਹੌਰ ਤੇ ਕਬਜ਼ਾ ਕਰ ਲਿਆ ਸੀ ਔਰ ਆਪਣੇ ਜੀਂਦੇ ਜੀ ਤੱਕ ਅੰਗਰੇਜ਼ ਪੰਜਾਬ ਨੂੰ ਆਪਣੇ ਰਾਜ ਦੇ ਵਿੱਚ ਮਿਲਾ ਨਹੀਂ ਸਕੇ ਸਨ ਕਨਈਆ ਮਿਸਲ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਇਸ ਮਿਸਲ ਦੇ ਮੋਢੀ ਜੈ ਸਿੰਘ ਸਨ ਜੈ ਸਿੰਘ ਜੀ ਕਨਈਆ ਮਿਸਲ ਦੇ ਮੋਢੀ ਔਰ ਲਾਹੌਰ ਦੇ ਨੇੜੇ ਕਾਨਾ ਪਿੰਡ ਵਿੱਚ ਰਹਿੰਦੇ ਹੋਣ ਕਾਰਨ ਇਸ ਮਿਸਲ ਦਾ ਨਾਮ ਕਨਈਆ ਮਿਸਲ ਪਿਆ 1798 ईसवी ਵਿੱਚ ਜੈ ਸਿੰਘ ਦੀ ਮੌਤ ਤੋਂ ਬਾਅਦ ਸਦਾ ਕੋਰ ਐਸ ਮਿਸਲ ਦੀ ਆਗੂ ਬਣੀ ਜਿਹੜੀ ਬਾਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਸ ਬਣੀ ਸੀ। ਔਰ ਐਸ ਮਿਸਲ ਅਦੀਨ ਮੁਕੇਰੀਆਂ, ਗੁਰਦਾਸਪੁਰ, ਪਠਾਨਕੋਟ ਅਤੇ ਕਾਂਗੜੇ ਆਦਿ ਦੇ ਪ੍ਰਦੇਸ਼ ਸ਼ਾਮਲ ਸਨ। ਤਾਂ ਇਹ ਜੋ ਤਸਵੀਰ ਹੈ ਆਪ ਜੀ ਦੇ ਸਾਹਮਣੇ ਐਸ ਮਿਸਲ ਦੇ ਮੋਢੀ ਸਰਦਾਰ ਜੈ ਸਿੰਘ ਜੀ। ਤਾਂ ਪਿਆਰੀ ਵਿਦਿਆਰਥੀਓ ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿ ਲਾਹੌਰ ਦੇ ਨੇੜੇ ਕਾਨਾ ਪਿੰਡ ਵਿੱਚ ਰਹਿੰਦੇ ਹੋਣ ਕਾਰਨ ਇਹਨਾਂ ਦਾ ਨਾਮ ਕਨਈਆ ਮਿਸਲ ਪਿਆ ਫੁਲਕੀਆ ਮਿਸਲ ਫੁਲਕੀਆ ਮਿਸਲ ਦੀ ਸਥਾਪਨਾ ਫੂਲ ਸਿੰਘ ਨਾਂ ਦੇ ਇੱਕ ਜੱਟ ਨੇ ਕੀਤੀ ਸੀ ਔਰ ਇਸ ਮਿਸਲ ਅਦੀਨ ਪਟਿਆਲਾ ਨਾਬਾ ਤੇ ਜੀਨ ਆਦੀ ਦੇ ਪ੍ਰਦੇਸ਼ ਸ਼ਾਮਲ ਸਨ ਔਰ ਇੱਕ ਚਲਕ ਆਪ ਜੀ ਦੇ ਸਾਹਮਣੇ ਕਿ ਫੁਲਕੀਆ ਮਿਸਲ ਦੇ ਜੋ ਸਰਦਾਰ ਸੀ ਉਹਨਾਂ ਦੀ ਡਰੈੱਸ ਉਹਨਾਂ ਦੀ ਪਗੜੀ ਉਹਨਾਂ ਦਾ ਪਹਿਰਾਵਾ ਉਹ ਕਿਸ ਤਰ੍ਹਾਂ ਦਾ ਹੁੰਦਾ ਸੀ ਤਾਂ ਇਹ ਆਪ ਇਸ ਤਸਵੀਰ ਦੇ ਵਿੱਚ ਬਟਾ ਦੇਖ ਸਕਦੇ ਹੋ ਕਿ ਫੂਲ ਸਿੰਘ ਨਾਂ ਦੇ ਜੱਟ ਨੇ ਇਸ ਮਿਸਲ ਦੀ ਸਥਾਪਨਾ ਕੀਤੀ ਤਾਂ ਐਸੇ ਕਰਕੇ ਅਨਦਰ ਨਾਮ ਫੁਲਕੀਆਂ ਮਿਸਲ ਰੱਖਿਆ ਗਿਆ ਅਗਲੀ ਜੋ ਆਪਾਂ ਮਿਸਲ ਦੀ ਗੱਲ ਕਰਨ ਜਾ ਰਹੇ ਹਾਂ ਇਹ ਹੈ ਡੱਲੇਵਾਲੀਆ ਮਿਸਲ ਔਰ ਗੁਲਾਬ ਸਿੰਘ ਜਿਹੜੇ ਸਨ ਉਹ ਇਸ ਮਿਸਲ ਦੇ ਮੋਢੀ ਸਨ ਆ ਗੁਲਾਬ ਸਿੰਘ ਦੀ ਔਰ ਡੇਰਾ ਬਾਬਾ ਨਾਨਕ ਦੇ ਨੇੜੇ ਪਿੰਡ ਡੱਲੇਵਾਲ ਵਿੱਚ ਰਹਿੰਦੇ ਹੋਣ ਕਾਰਨ ਇਸ ਮਿਸਲ ਨੂੰ ਡੱਲੇਵਾਲੀ ਮਿਸਲ ਕਿਹਾ ਜਾਣ ਲੱਗ ਪਿਆ ਔਰ ਇਸ ਮਿਸਲ ਦੇ ਦਿਨ ਫਲੋਰ ਰਾਹੋ ਨਕੌਦਰ ਅਤੇ ਬੱਦੋਵਾਲ ਆਦਿ ਦੇ ਪ੍ਰਦੇਸ਼ ਸ਼ਾਮਲ ਸਨ ਆ ਇਸ ਮਿਸਲ ਦੇ ਜਿਹੜੇ ਸਭ ਤੋਂ ਪ੍ਰਸਿੱਧ ਜਿਹੜੇ ਸਰਦਾਰ ਸਨ ਉਹ ਸਨ ਤਾਰਾ ਸਿੰਘ ਕੇ ਬਾ ਤਾਰਾ ਸਿੰਘ ਕੇ ਬਾ ਬੱਚਿਓ ਇਸ ਮਿਸਲ ਦੇ ਸਭ ਤੋਂ ਪ੍ਰਸਿੱਧ ਸਰਦਾਰ ਸਨ ਅਗਲੀ ਮਿਸਲ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਇਹਦਾ ਨਾਮ ਹੈ ਨਕਈ ਮਿਸਲ ਔਰ ਨਕਈ ਮਿਸਲ ਦੇ ਜਿਹੜੇ ਮੋਢੀ ਨੇ ਉਹ ਸਨ ਸਰਦਾਰ ਹੀਰਾ ਸਿੰਘ ਜੀ ਇਸ ਮਿਸਲ ਵਿੱਚ ਪਿਆਰੇ ਵਿਦਿਆਰਥੀਓ 7000 ਕੋੜਸਵਾਰ ਸਨ ਔਰ ਇਸ ਮਿਸਲ ਦੇ ਨਕਾ ਚੁਨੀਆਂ ਦੀਪਾਲਪੁਰ ਸ਼ੇਰਗੜ ਫਰੀਦাবাদ ਆਜ਼ੀਦ ਪ੍ਰਦੇਸ਼ ਸ਼ਾਮਿਲ ਸਨ ਔਰ ਇਹ ਤਸਵੀਰ ਜੋ ਆਪ ਦੇਖ ਰਹੇ ਹੋ ਨਕਈ ਮਿਸਲ ਦੇ ਮੋਢੀ ਸਰਦਾਰ हीरा सिंह जी ਜਿਨ੍ਹਾਂ ਨੇ ਨਕਈ ਮਿਸਲ ਦੀ ਸਥਾਪਨਾ ਕੀਤੀ ਕਰੋੜ ਸਿੰਘ ਯਾ ਮਿਸਲ ਜਿਹਦੇ ਆਪਾਂ ਗੱਲ ਕਰਨ ਜਾ ਰਹੇ ਆਂ ਔਰ ਐਸ ਮਿਸਲ ਦਾ ਨਾਮ ਇਹਨਾਂ ਦੇ ਜਿਹੜੇ ਮੋਢੀ ਸਨ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਹੈ ਔਰ ਇਹਨਾਂ ਦੇ ਮੋਢੀ ਦਾ ਨਾਮ ਸਨ ਸਰਦਾਰ ਕਰੋੜਾ ਸਿੰਘ ਜੀ ਸੋ ਇਹਨਾਂ ਦੇ ਨਾਮ ਤੇ ਹੀ ਐਸ ਮਿਸਲ ਦਾ ਨਾਮ ਪਿਆ ਕਰੋੜ ਸਿੰਘ ਯਾ ਮਿਸਲ ਔਰ ਸਰਦਾਰ ਬਘੇਲ ਸਿੰਘ ਜੀ इस मिसल के सब तो प्रसिद्ध नेता सन और इस मिसल में भी लगभग बारह हज़ार सैनिक सन और इस मिसल के अधीन नवाशहर और बंगा आदि के प्रदेश शामिल सन और ये जी तुम देख रहे हो करोड़ या मिसल के सब तो प्रसिद्ध सरदार सरदार बघेल सिंह जी निशान वालिया मिसल तुम सोच रहे हो गए कि इस मिसल का नाम किमें पिया ਤੋ ਚਲੋ ਪਹਿਲਾ ਆਪਾਂ ਗੱਲ ਕਰਦੇ ਹਾਂ ਇਸ ਮਿਸਲ ਦੇ ਸੰਸਥਾਪਕ ਸਰਦਾਰ ਸੰਗਤ ਸਿੰਘ ਅਤੇ ਸਰਦਾਰ ਮਹਿਰਸਨ ਮੇਰ ਸਿੰਘ ਸਨ ਤਾਂ ਲੜਾਈ ਦੇ ਮੈਦਾਨ ਵਿੱਚ ਨਿਸ਼ਾਨ ਸਾਹਿਬ ਕੋਲ ਰੱਖਣ ਕਰਕੇ ਇਸ ਮਿਸਲ ਦਾ ਨਾਮ ਨਿਸ਼ਾਨ ਵਾਲੀਆ ਮਿਸਲ ਪਿਆ ਇਸ ਮਿਸਲ ਦੇ ਅਧੀਨ ਅੰਬਾਲਾ ਸ਼ਹਾਬਾਦ ਸਿੰਘਵਾਲਾ ਦਰਾਹਾ ਅਤੇ ਅਮਲੋ ਆਦਿ ਦੇ ਪ੍ਰਦੇਸ਼ ਸ਼ਾਮਿਲ ਸਨ ਇਹ ਸਰਦਾਰ ਸੰਗਤ ਸਿੰਘ ਦੀ ਤਸਵੀਰ ਆਪ ਜੀ ਦੇ ਸਾਹਮਣੇ ਅ ਮਿਸਲਾਂ ਦੇ ਵਿੱਚੋਂ ਅਖੀਰਲੀ ਮਿਸਲ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼ਹੀਦ ਮਿਸਲ ਤਾਂ ਆਪ ਸਾਰੇ ਜਾਣਦੇ ਹੋ ਬੇਟਾ ਬਾਬਾ ਦੀਪ ਸਿੰਘ ਜੀ ਨੂੰ ਜਿਨ੍ਹਾਂ ਨੇ ਸਿਰ ਤਲੀ ਤੇ ਰੱਖਦੇ ਹੋਏ ਦੁਸ਼ਮਨਾ ਦਾ ਆਖਰ ਤੱਕ ਮੁਕਾਬਲਾ ਕੀਤਾ ਔਰ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਮਿਸਾਲ ਪਿਆਰੇ ਵਿਦਿਆਰਥੀ ਕਿਤੇ ਨਹੀਂ ਮਿਲਦੀ ਐਸ ਮਿਸਲ ਦੇ ਮੋਢੀ ਸਰਦਾਰ ਸੁਦਾ ਸਿੰਘ ਜੀ ਸਨ ਸਰਦਾਰ ਗੁਰਬਖਸ਼ ਸਿੰਘ ਅਤੇ ਬਾਬਾ ਦੀਪ ਸਿੰਘ ਐਸ ਮਿਸਲ ਦੇ ਉਹਗੇ ਨੇਤਾ ਸਨ ਤਾਂ ਸ਼ਹੀਦ ਬਾਬਾ ਦੀਪ ਸਿੰਘ ਕਾਰਨ ਜਿਨ੍ਹਾਂ ਨੇ ਬੇਮਿਸਾਲ ਕੁਰਬਾਨੀ ਦਿੱਤੀ ਔਰ ਬੇਮਿਸਾਲ ਇੱਕ ਐਗਜ਼ਾਮਪਲ ਵਰਲਡ ਦੇ ਸਾਹਮਣੇ ਰੱਖੀ ਤਾਂ ਇਸ ਦੇ ਕਾਰਨ ਹੀ ਐਸ ਮਿਸਲ ਦਾ ਨਾਮ ਬਟਾ ਸ਼ਹੀਦ ਮਿਸਲ ਪਿਆ ਔਰ ਐਸ ਮਿਸਲ ਦੀਨ ਸਹਾਰਨਪੁਰ ਸਹਿਜਾਦਪੁਰ ਅਤੇ ਕੇਸਨੀ ਆਦਿ ਦੇ ਪ੍ਰਦੇਸ਼ ਸ਼ਾਮਿਲ ਸਨ ਹੁਣ ਆਪਾਂ ਕਰੀ ਦੀ ਮਿਲਾਨ ਕਰੀਏ ਦੇਖਦੇ ਹਾਂ ਬਾਬਾ ਦੀਪ ਸਿੰਘ ਜੀ ਕਿਸ ਮਿਸਲ ਦੇ ਨਾਲ ਸੰਬੰਧਿਤ ਸਨ ਹਾਂਜੀ ਬਿਲਕੁਲ ਬਾਬਾ ਦੀਪ ਸਿੰਘ ਜੀ ਸ਼ਹੀਦ ਮਿਸਲ ਦੇ ਨਾਲ ਸੰਬੰਧਿਤ ਸਨ ਬਘੇਲ ਸਿੰਘ ਆਪਾਂ ਹੋਨੇ ਕਰਕੇ ਹਟਿਆ ਕਿ ਜਿਹੜੇ ਸਰਦਾਰ ਬਘੇਲ ਸਿੰਘ ਜੀ ਨੇ ਉਹ ਕਰੋੜ ਸਿੰਘਿਆ ਮਿਸਲ ਦੇ ਪ੍ਰਸਿੱਧ ਨੇਤਾ ਸਨ ਗੁਲਾਬ ਸਿੰਘ ਢਲੇਵਾਲੀਆ ਮਿਸਲ ਤੋਂ ਤਾਰਾ ਸਿੰਘ ਕੇਵਾ डेवालिया मिसल के प्रसिद्ध नेता खुशहाल सिंह रामगढ़िया मिसल तो नवाब कपूर सिंह फैजलपुरी मिसल के संस्थापक और महाराजा रंजीत सिंह जी बारे सारे कि ओ, so, बहुत -बहुत आप सारे जानते हाँ शुक्र चकिया मिसल के संबंधित सन सो बहुत बहुत धन्यवाद आप सारे का ਤਾ ਸਸীকার ਫੇਰ ਮਿਲਾਂਗੇ ਥੈਂਕ ਯੂ